किसान भाइयों हनुमानगढ़ बाढ़ के हालात पर में बार बार वीडियो जारी कर थाने जानकारी देन रोकाम कर लाग रहे हैं गगर फ्लड की बात करा तो हनुमानगढ़ में गगर बाढ़ को जी को पानी हरियाणा सीमा में तलवाड़ा झील करने प्रवेश करें बटो नाली में जी की नाली भी निकाव गगर फ्लड भी निकाव बीह तो तखा टिब्बी को पीछे टिब्बी रोड है जी की बीऊँ पीछे मसाणी पीछे एक सेम नालों भी निकले आज थाने सेम नाले के बारे में बतावाला बाढ़ के बारे में जी का नाली में पानी है बीहंग बारे में तो बहुत बार बता चुके हैं और कई जी का श्रोता है बै बीकानेर और अनूपगढ़ सूरतगढ़ इन्ने का जी का स्रोता है बै मांग भी बेकार कर सेंम नाले के बारे में ਫੇ ਮਾਨੇ ਜਾਣਕਾਰੀ ਦਿਓ ਸੇਮ ਨਾਲੋਂ ਕੀ ਚੀਜ਼ ਹੈ ਕਿੱਥੋਂ ਪਾਣੀ ਹੋਵੇ ਆ ਸਕੇ ਔਰ ਕਿੰਨੇ ਕਿੰਨੇ ਆ ਜਾਵੇ ਤੋ ਬਾਂਗੇ ਔਰ ਦੇਖਤਾ ਤਖਾਂ ਆਜ ਕੋਈ ਵੀਡੀਓ ਸੇਮ ਨਾਲੇ ਪਰ ਬਣਾਉਣ ਲੱਗ ਰਿਆਂ ਤੋ ਮਾਰ ਸਾਤੇ ਬਣਾ ਰਹੀਓ ਬਤਾਵਾਂਗਾ ਥਾਨੇ ਹਨਵਾਨਗੜ ਕੋ ਗੱਗਰ ਫਲੱਡ ਕੋ ਸੇਮ ਨਾਲੋਂ ਕਿੰਨੇ ਨੇ ਜਾਵੇ ਕਿੱਥੋਂ ਪਾਣੀ ਕੱਢੈ ਔਰ ਕਠੈ ਜਾਰ ਆਗੇ ਫਿਰ ਕਿੰਨੇ ਨਿਕਲ ਜਾਏ ਇਹ ਤਮਾਮ ਬਾਤਾਂ ਪਰ ਆਪਾਂ ਐਵੇਂ ਫੋਕਸ ਡਾਲ ਥਾਨੇ ਪੂਰੀ ਜਾਣਕਾਰੀ ਦੇਣ ਰੋ ਪਰਵੰਦ ਇਹ ਵੀਡੀਓ ਕੇ ਅੰਦਰ ਕੰਨ ਲੱਗ ਰਿਹਾ ਤਾਂ ਬਣਾ ਰਿਓ ਮਾਰੇ ਸਾਥ ਹੈ ਤੋ ਕਿਸਾਨ ਭਾਈਓ ਸੇਮ ਨਾਲ ਰੀਵਾਰਤਾ ਸ਼ੁਰੂ ਕਰਨੋਂ ਪਹਿਲੇ ਥਾਨੇ ਇੱਕ ਖਿਆਲੀ ਰਾਮ ਸਾਰਣ ਜੀ ਕੋ ਕਮੇਡੀਅਨ ਐ ਔਰ ਜੀ ਕੋ ਰੂਪਨਾਥ ਕੋ ਰੋਲ ਵੀ ਕਰੈ ਬਾ ਇੱਕ ਅਪੀਲ ਜਾਰੀ ਕਰੀ ਐ ਵਾਰਡ ਪਰ ਲੋਕਾਂ ਨੇ ਜਾਗਰੂਕ ਕਰਨ ਖਾਤਰ ਪਹਿਲੇ ਥਾਨੇ ਆਯਾਜਤ ਹੋਵੇ ਤਾਂ ਬੈ ਸੁਣਾਦਿਆਂ ਫੇਰ ਆਪਾਂ ਅੱਗੇ ਬਾਤ ਨੇ ਵਡਾਵਾ ਲਾ ਨਮਸਕਾਰ ਜੀ RAM RAM ਮੈਂ ਉਥਾਰੋ ਖਿਆਲੀ ਸਾਰਣ ਔਰ ਮੇਰਾ ਜ਼ਿਲ੍ਹਾ ਹਨਮਾਨਗੜ੍ਹ ਤਹਿਸੀਲ ਪੀਲਬੰਗਾ ਮਾਰਾਠਾ ਗਗਰ ਨਦੀ ਬਹੁਤ ਉਫਾਨ ਪਰ ਚੱਲਣ ਲੱਗ ਰਹੀ ਐ प्रशासन बारी बारी निवेदन करे कि भी ए जगह संवेदनशील गांव है जगह थे देख लग रहे हो समय अन खाली करने का निवेदन करने लग रही है प्रशासन ए राहत कैंप बनाया है जैसे गांव खाली करके आप रात कैंप में पहुंच गए बड़ा रुकने की खाने की सारी व्यवस्था है ए समाज सेवी संस्था है जबकि सेवा भाव आगे आई है थार लोगों की सपोर्ट खातर तर घबराने कोई बात नहीं है लेकिन प्रशासन अपनी सुरक्षा खातर अपनी सेफ्टी खातर कह भी आज जगह आठ टू खाली करके दूसरी जगह उठ जाओ अपन प्रशासन की बात को सहयोग करना चाहिए मन मंद्यान घर छोड़ना बहुत दो काम है मैं माँ बाप को घर छोड़ दो चुराण में फिर गंगानगर घर बस सेड़ो छोड़ियो चंडीगढ़ घर से छोड़ो कॉम्बे गर्भ से छोड़ियो घर छोड़ना बहुत मुश्किल काम है लेकिन जान है तो जहान है हमें प्रशासन का सपोर्ट कर देना चाहिए और जो संवेदनशील एरिए में गाँव आ रहे हैं उनको हमें तुरंत खाली कर देना चाहिए बहुत बहुत धन्यवाद जय श्री राम ਉਹ ਕਿਸਾਨ ਭਾਈਓ ਖਿਆਲੀ ਸਾਰਣ ਜਿਹੜਾ ਰੋਪਨਾਥ ਰੋਲ ਕਰੇ ਕਮੇਡੀਅਨ ਹੈ ਵਾ ਆਪੜੋਂ ਸੰਦੇਸ਼ ਦੇਰ ਜਨਤਾ ਨੇ ਪ੍ਰਸ਼ਾਸਨ ਨੂੰ ਸਹਾਇਕ ਕਰਨ ਖਾਤਰ ਇੱਕ ਅਪੀਲ ਜਾਰੀ ਕੀਤੀ ਬੈਠ ਹੈ ਸੁਣ ਲਈ ਆਪਾਂ ਸ਼ੁਰੂ ਕਰਾਂ ਜਿਹੜਾ ਸੇਮ ਨਾਲਵਾ ਹੈ ਬਿੰਗੇ ਬਾਰੇ ਵਿੱਚ ਸਿਲਸਿਲਾ ਪੱਛੂ ਕਰਾਂ ਸੇਮ ਨਾਲੋ ਕੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਚਾਹਾਂ ਕਿਸਾਨ ਭਾਈਓ ਸੇਮ ਨਾਲੋ ਜਿਹੜਾ ਹੈ ਉਹ ਹਨੂਮਾਨਗੜ੍ਹ ਕੇ ਤਲਵਾੜਾ ਜੀ ਨੂੰ ਜਠਾ ਨਾਲੀ ਹਰਿਆਣਾ ਸੀਮਾਉ ਆਜਾ ਹੈ ਔਰ ਡਬੀ ਰੋਡ ਪਰ ਜਾ ਰ ਫਿਰ ਮਸਾਣੀ ਜੀ ਕੋ ਗਾਮ ਹੈ ਹਨਮਾਨਗੜ ਕੋ ਗਾਮ ਹੈ ਬਿੰਗੇ ਪਿਛੋਂ ਬਠੋਂ ਤਿੱਬੀ ਰੋਡ ਜਿੱਕੀ ਆਪਾਂ ਨੇ ਫੰਟ ਇਨਾਂ ਜਾਣਖਾਤਰ ਇਨਾਂ ਤੋਂ ਤਿੱਬੀ ਨੇ ਚਲ ਜਾਏ ਇਨਾਂ ਸੰਗਰੀਆ ਸਾਈਡ ਮੇ ਚਲ ਜਾਏ ਬਠੋਂ ਆ ਸ਼ੁਰੂ ਹੋਏ ਸੇਮ ਨਾਲੋਂ ਇਹ ਮੈਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗਾ ਪੁਆਇੰਟ ਕਿ ਆਖਿਰਕਾਰ ਸੇਮ ਨਾਲੋਂ ਕੱਠੋ ਸ਼ੁਰੂ ਹੋਇਓ ਸੇਮ ਨਾਲੋਂ ਠੋ ਸ਼ੁਰੂ ਹੋਰ ਮਸਾਣੀ ਤੱਕ ਹੋਂਤਾ ਤੱਕ ਸ਼ਰੇਖਾਂ ਫਿਰ ਮੁੰਡਾ ਮਟੋਰੀਅਲ ਡਾਣੀ ਔਰ ਮੈਨਾ ਵਾਲੀ ਉਪਰੋਂ ਯਾਰ ਆ ਜਿਹੜਾ ਅੱਗੇ ਜਿਹੜਾ ਹੈ ਆ ਰੰਗ ਮੈਲ ਕਨਾਂ ਚਲ ਜਾਏ ਔਰ ਰੰਗ ਮੈਲੋਂ ਫਿਰ ਸੂਰਤਗੜ ਬ੍ਰਾਂਚ ਹੈ ਬਠਾ ਪਾਣੀ ਨੂੰ ਮੁਰ ਮੜਾਰ ਬੀਮੇ ਘਾਰ ਇਨੇ ਬਿਨੇ ਜਾਰ ਫੇਰ ਆਜ ਕੋ ਮੇਨ ਨਾਲੀ ਹੈ ਜੀ ਕਿ ਆਪਾਂ ਨੇ ਗੰਗਾ ਨਗਰ ਜ਼ਿਲ੍ਹੇ ਵਿੱਚ ਸੂਰਤਗੜੋਂ ਅੱਗੇ ਫੇਰ ਜੀ ਕਿ ਇਹ ਪਾਕਿਸਤਾਨ ਤੱਕ ਜਾਵੇ ਨੂਪਗੜੋਂ ਜਾਵੇ ਫਿਰ ਪਾਕਿਸਤਾਨ ਵਿੱਚ ਚਲ ਜਾਏ ఆ ਜਿਹੜਾ ਸੇਮ ਨਾਲ ਘੂਮਗਮਾਰ ਪਾਣੀ ਜਿਹੜਾ ਇੰਗੇ ਮਾ ਵਾਪਸ ਚਲ ਜਾਏ ਇੰਗ ਮਾ ਕਈ ਢਾਬ ਵੀ ਹੈ ਬਾਂਗੇ 12ਵੇਂ ਥਾਣੇ ਬਤਾਵਾਂ ਲਾ ਕਿ ਢਾਬ ਹੈ ਔਰ ਪਾਣੀ ਜਿਹੜਾ ਹੈ ਪਾਣੀ ਕੀ ਸਥਿਤੀ ਕੇ ਹੈ ਹਨਮਾਨਗੜ੍ਹ ਮੇ ਗੱਗਰ ਬਾਡੂ ਪਾਣੀ ਜਿਹੜਾ ਲਾਰੋ ਆਵੇ ਓਟੂ ਹੈਡੂ ਆਵੇ ਬਿੰਗ 12ਵੇਂ ਥਾਣੇ ਵੀਡੀਓ ਔਰ ਕਿ ਮਾ ਬਤਾਵਾਂ ਲਾ ਕਿ ਸੇਮ ਨਾਲੇ ਮੇ ਕਿਤੋਂ ਪਾਣੀ ਗਾਲਿਆ ਜਾਵੇ ਔਰ ਅਬ ਵਰਤਮਾਨ ਸਮੇਂ ਜਿਹੜਾ ਬਾੜ ਚੱਲਣ ਲੱਗ ਰਹੀ ਬਿੰਗੇ ਮਾ ਕਿਤੋਂ ਪਾਣੀ ਚੱਲਣ ਲੱਗ ਰਿਹਾ ਤੋ ਬਣਾ ਰਹੀਓ ਮਾਰੇ ਸਾਥ ਤੋ ਕਿਸਾਨ ਭਾਈਓ ਜੀ ਕੀ ਅੱਜ 17 ਜੁਲਾਈ ਨੇ ਪਾਣੀ ਆਣ ਰੋ ਜੇ ਕੋ ਖੇਲ ਹੈ ਪਾਣੀ ਕਿਤੋਂ ਪਿਛੋਂ ਆਵੇ ਸੇਮ ਨਾਲ ਵੀ ਕਿਤੋਂ ਛੋੜਿਆ ਬਿੰਗ ਮਾਰਾ ਵੀ ਤੁਹਾਨੂੰ ਜਾਣਕਾਰੀ ਦੇ ਦਿਆਂ ਸੇਮ ਨਾਲੋ ਜੇ ਕੋ ਹੈ ਆ ਮੇਨ ਨਾਲੀ ਨੂੰ ਜੀ ਕੋ ਨਿਕਲਿਆ ਹੈ 12500 ਕਿਸਾਨਕ ਪਾਣੀ ਇੰਗੇ ਮਾਤ ਛੋੜ ਰੱਖਿਆ ਹੈ और इंगी जी कैपेसिटी है वो बीस हज़ार क्यूसक पानी हो कि आ सेम नाल बीस हज़ार क्यूसेक ताई पानी छोड़ा जा सके लेकिन कई सालों नाली आवे नहीं बीच में फिर सिंचाई विभाग भी निष्क्रिय हो जाए बस सेम री सार संभाल को नहीं करें ई साल भी है है, सेम री ਦੇਖਵਾਲ ਜੀ ਕੀ ਕਰਨੀ ਚਾਹੀਜੇ ਬੈ ਸਿੰਚਾਈ ਵਿਭਾਗ ਇੰਨ ਸਾਲ ਵੀ ਕੋਈ ਨਹੀਂ ਕਰੀ ਔਰ ਸੇਮ ਨਾਲੇ ਮੀਆਂ ਥਾਨੇ ਬਤਾ ਦਿਆਂ 20000 ਕਿਸਕ ਤਾਈ ਪਾਣੀ ਮੇ ਚਾਲ ਸਕਾ ਜੀਆਂ ਬਲਾਰੇ ਪਾਣੀ ਬਡੜੋ ਆਏ ਤੋ ਐ ਜੀ ਕੋ ਸੇਮ ਨਾਲੇ ਕੇ ਮਾਂ ਹੀ ਪਾਣੀ ਖਪੈਲਾ ਕੁਛ ਪਾਣੀ ਇੰਦਰਾ ਗਾਂਧੀ ਨਹਿਰ ਮੇ ਖਪਾਇ ਜਾਊਗਾ ਜੀ ਕੋ ਚੈਨਲ ਕੇ ਮਾਂ ਆਪਾ ਪ੍ਰਸ਼ਾਸਨ ਨੇ ਪ੍ਰਯਾਸ ਕਰੇ ਨੇ ਖੋਲੇ ਹੋਆ ਔਰ ਬਾਕੀ ਜੀ ਕੋ ਸੇਮ ਨਾਲੇ ਕੋ ਪਾਣੀ ਹੈ वह इंगे माँ ही खपेगो और सेम आगे जी को थाने बता दें जो बारह हज़ार पाँच सौ पानी इंगे माँ चालन लाग रहा है वो फिर क्या है कि आर डी छह सौ उन्ती लेकेी बैड में अड़ताली सौ उपर पानी को डाल रखे है बाकी जी को सेम पानी चाल है बिंगो थाना बता दें आर डी बयालीस जी डी सी है ई में छहत् सौ क्यूसक पानी चालन लाग रहा है और आर डी एक सौ तेतीस है इंगे माँ दो हज़ार चार सौ छिहत्र जो पानी है वो गाल है ਔਰ ਸੂਰਤਗੜ ਬ੍ਰਾਂਚ ਕੀ ਗੱਲ ਕਰਾਂ ਤਾਂ ਇਹੀ ਸੇਮ ਨਾਲੇ ਨੂੰ ਅੱਗੇ ਜੇ ਕੋ ਸੂਰਤਗੜ ਦੀ ਥਾਣੇ ਬਤਾਇਓ ਜਾ ਚੁੱਕੇ ਹੋ ਆ ਸੇਮ ਨਾਲੇ ਬਠਾ ਚਲਦਾ ਹੈ 빙ੇ ਮਾ 1750 ਕਿਊਸਕ ਪਾਣੀ ਵੀ ਸੂਰਤਗੜ ਬ੍ਰਾਂਚ ਮੇ ਇੰਗੋ ਗਾਲ ਰੱਖਿਆ ਔਰ ਆੜੀ 158 ਦੀ ਗੱਲ ਕਰਾਂ ਜੀ ਕਿ ਤਖਰਾਲੀ ਸਾਈਡ ਮੇ ਜਾਵਾ ਹੈ ਔਰ ਜੀ ਡੀ ਸੀ 2400 ਬਿੰਗਵਾ ਗਾੜ ਰੱਖਿਆ ਉਹ ਬਠਾਏ ਕਈ ਸਾਲੋਂ ਪਾਣੀ ਕੋ ਨਹੀਂ ਗਿਆ ਅਬ ਕੀ ਵਾਰ ਪਾਣੀ 158 ਆਰ ਡੀ ਜੀ ਕੀ ਬਿੰਗੇ ਮਾਂ ਵੀ ਗਇਓ ਆਇਆ ਔਰ ਗੱਗਰ ਕਾ ਪਾਣੀ ਜੀ ਕੋ ਆਇਓ ਆ ਬਸ ਸੇਫ ਨਾਲੇ ਜਰੀਏ ਬੜਾ RD 158 ਪਰ ਵੀ ਇੰ ਵਾਰ ਕੋਈ 15 ਸਾਲ ਬਾਅਦ ਪਾਣੀ ਵੜ ਪਹੁੰਚਿਆ ਬੜਾ ਮੰਗ ਵੀ ਥੀ ਲੋਕ ਕਹਿਣ ਵੀ ਲੱਗ ਰਿਹਾ ਕਿ ਮਾਰੇ ਪਾਣੀ ਦਾ ਦਰਸ਼ਨ ਹੀ ਕੋਨੇ ਹੋਇਆ ਬਾੜ ਕਾ ਔਰ ਇਨੇ ਵਿਨੇ ਪਾਣੀ ਰੰਗਮਹਿਲ ਕਰਨਾ ਵਾ ਪਾਣੀ ਚਲ ਜਾਏ ਲੇਕਿਨ ਇੰ ਵਾਰ ਜੇ ਕੋ ਪਾਣੀ ਹੈ RD 158 GDC ਹੈ ਬਠਾ ਵੀ ਗਏ ਹੋਏ ਔਰ ਰੰਗਮਹਿਲ ਕਰਨਾ ਥਾਨੇ ਬਤਾ ਦਿਆਂ ਕਿ ਐਸਕੇ ਬਣੇ ਹੋਏ ਢਾ ਬੜੀ ਹੈ ਢਾ ਬੋਲੇ ਵਿਨੇ ਦਾਵ 1 2 3 4 5 6 8 ਢਾ ਬਣਣੀ ਹੈ ਬੜਾ 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 ਪਾਣੀ ਖਾਤਰ ਖੱਡਾ ਪੁਰਾਣਾ ਪ੍ਰਾਚੀਨ ਸਾਲ ਨੂੰ ਚੱਲਣ ਲੱਗ ਰਿਹਾ ਬਿੰਗੇ ਵਾ ਉਹ ਪਾਣੀ ਜਿਹੜਾ ਸੇਮ ਨਾਲ ਕੋ ਹਟੋ ਚੱਲ ਆ ਹਨਮਾਨਗੜ੍ਹ ਮਸਾਣੀ ਹੋਂਤਾ ਟਿੱਬੀ ਹੋਂਤਾ ਟਿੱਬੀ ਸਾਈਡ ਜਿਹੜੀ ਰੋਡ ਹੈ ਬਿਉ ਜਾਣ ਤੋਂ ਜਾਣ ਤੋਂ ਪਾਣੀ ਜਿਹੜਾ ਹੈ ਸੂਰਤਗੜ੍ਹ ਤਨੇ ਰੰਗ ਮਹਿਲ ਸੂਰਤਗੜ੍ਹ ਨੂੰ ਪਹਿਲੇ ਰੰਗ ਮਹਿਲ ਆਵੇ ਰੰਗ ਮਹਿਲ ਜਿਹੜਾ ਹੈ ਉਹ ਹਨਮਾਨਗੜ੍ਹ ਜ਼ਿਲ੍ਹੇ ਕੇ ਮਾ ਹੈ ਬਟਾ ਢਾਬ ਬਣੀ ਹੋਈ ਹੈ ਬੜੀ ਬੜੀ ਢਾਬ ਹੈ ਬਟਾ ਪਾਣੀ ਸਾਰਾ ਸਾਲ ਹੀ ਖੜਿਆ ਰਹਿ और पानी जब ज्यादा आ जाए तो भी डाम में काफ़ी पानी खुपाया जा सके और वो खपावे भी है और बाकी फिर आज जी को सेम नो है आगे जाके फिर सूरतगढ़ ब्रांच अंतर आ नाली फिर में मुड़ जाए सूरतगढ़ जगह जाके है नाली के माँ आज सेम नालों हनुमानगढ़ जिले में कई गांवों घूमतो फिर आज को सेम नो है वो अठ हजार जी की नाली है मेन नाली है बहंगे माँ ही फिर जाके आ मिल जाए आगे ਹਾਲਾਂਕਿ ਸੇਮ ਨਾਲ ਜੋ ਕਹਨਮਾਨਗੜ ਸੀਮਾ ਮੈਂ ਆਰਡੀ 42 ਆਰਡੀ ਦੇ ਆਸ-ਪਾਸ ਇੱਕ ਛੋਟੋ ਚੈਨਲ ਬਣਾਉਣ ਰੋ ਕਾਮ ਵੀ ਯਤਨ ਵੀ ਕਰਨਾ ਸ਼ੁਰੂ ਕਰਿਓ ਲੇਕਿਨ ਉਹ ਸਿਰੇ ਕੋ ਨ ਚੜਿਓ ਔਰ ਸੇਮ ਨਾਲ ਵਾਲੀ ਜੇ ਕੀ ਪੁਰਾਣੀ ਗੱਥਾ ਹੈ ਪ੍ਰਾਚੀਨ ਜੇ ਕਾ ਲੋਗ ਹੈ ਪੁਰਾਣਾ ਲੋਗ ਹੈ ਬੈ ਆਈ ਕਹਾਣੀਆਂ ਬਤਾਵਾ ਹੈ ਕਿ ਸੇਮ ਨਾਲ ਜੇ ਕੋ ਨਿਕਲਿਓ ਗੱਗਰ ਫਲੱਡ ਪਹਿਲੇ ਤਲਵਾੜਾ ਝੀਲੋਂ ਆ ਜੇ ਕੀ ਤਲਵਾੜਾ ਝੀਲੋਂ ਸਿੱਧੀ ਨਾਲ ਹੀ ਆ ਭਗਤੀ ਹਨੂਮਾਨਗੜ ਆਰ ਅਗੇ ਪਾਕਿਸਤਾਨ ਟਪਜਾਂਤੀ और थाने बता देया पहले अठे हरिराम जी आ मैं नेता कॉमरेड हरिराम जी आ वा जोया अठे जद जवाहरलाल नेहरू हनुमानगढ़ में आयो जद वे सोने उ तोलियो इया बतावा है कॉमरेड जका है बांगी कहानी भी बतावा है कि सोने से तोलियो जद प्रधानमंत्री हो जवाहरलाल नेहरू बो खुश हो गयो फिर बाकी सोने बचेो इंदिरा गांधी इंदिरा गांधी ने विवाह बे वक्त सोने ਉਹ ਤੋਲਿਓ ਜਦ ਜਵਾਲਦਾਰ ਨਹਿਰੂ ਹਰੀਰਾਮ ਨੇ ਬੋਲਿਓ ਕਿ ਆਪ ਤੋ ਹਨਮਾਨਗੜ ਰਕ ਕੋਵੇਰੋ ਵਾ ਕਯੋ ਕੋ ਵੇਰ ਕੋਨੀ ਜਨਤਾ ਅਠੈ ਰ ਕੋਵੇਰ ਹੈ ਵਾ ਕਯੋ ਕਿ ਜਨਤਾ ਕੇ ਸਾਥ ਹੀ ਸਭ ਕੁਛ ਹੈ ਨੇਤਾ ਜੋ ਕੋ ਜਨਤਾ ਕੇ ਸਾਥੇ ਹੋਵੇ ਵਾ ਵੀ ਵਕਤ ਇੱਕ ਮੰਗ ਰੱਖੀ ਕਿ ਨਾਲੀ ਬੈਡਰ ਸਿੱਧੋ ਪਾਣੀ ਆਵੇ ਮਾਰੇ ਅਗਰ ਇੱਕ ਸੇਮ ਨਾਲ ਕਾੜ ਦਿਓ ਤੋ ਜਿਕਾ ਪਾਣੀ ਹੈ ਉਹ ਸਿੱਧੋ ਰੇਗਿਸਤਾਨ ਇਲਾਕੇ ਨੇ ਜਾ ਸਕਿਆ ਰਾਬਸਰ ਕੀ ਤਰਫ ਜਾ ਸਕਿਆ ਰਾਬਸਰ ਕੋ ਜਦ پلان ਬਣਿਓ ਦਿਓ ਬਾਦ ਫਿਰ ਰਾਜਨੀਤੀ ਘومی ਔਰ ਜੇ ਕੋ ਸੇਵਨ ਨਾਲ ਹੋਆ ਉਹ ਫਿਰ ਵਾਪਸ ਇਨੇ ਸੂਰਤਗੜ ਕੰਨਾ ਮੋੜਿਓ ਗਯੋ ਅਬ ਤਕਨੀਕੀ ਕਾਰਨਾ ਮੋੜਿਓ ਗਯੋ ਜਾਂ ਕੋਈ ਪੋਲਿਟੀਕਲ ਕਾਰਨਾ ਮੋੜਿਓ ਗਯੋ ਐ ਤੋ ਮਾਨੇ ਬੇਰੋ ਕੋ ਨਹੀਂ ਲੇਕਿਨ ਵਾਂਗੀ ਹਰੀਰਾਮ ਜੀ ਕੀ ਯੋਜਨਾ ਹੈ ਕਿ ਸਿੱਧੋ ਇਨੇ ਰਾਬਸਰ ਏਰੀਆ ਮੇ ਕਾੜ ਦਿਆ ਔਰ ਰਾਬਸਰ ਏਰੀਆ ਜੇ ਕੋ ਰਤੀਲੋ ਇਲਾਕਾ ਹੈ ਬਿੰਗ ਇਹ ਵਾਂ ਪਾਣੀ ਦੀ ਵਿਸਥਾ ਹੋ ਜਾਏ ਇਹ ਤਰ੍ਹਾਂ ਪਲਾਨ ਤੋਂ ਬਣਿਆ ਹੋ ਲੇਕਿਨ ਬਾਅਦ ਵਿੱਚ ਪਲਾਨ ਉਹ ਜੇ ਕੋ ਹੈ ਬਦਲ ਦਿਓ ਗਏ ਹੋ ਅਬ ਇਹ ਤਕਨੀਕੀ ਕਾਰਨ ਹੋਇਆ ਪੰਦ ਠਾਕੋਨੀ ਕਿਆਂ ਬਦਲੇ ਗਏ ਹੋ ਲੇਕਿਨ ਇਹ ਕੀ ਕਹਾਣੀ ਆਈ ਹੈ ਕਿ ਜਵਾਰ ਲਾਲ ਨਹਿਰੂ ਰਿੰਦਰਾ ਗਾਂਧੀ ਅੱਥੇ ਆਈੜਾ ਵੀ ਵਕਤ ਬਾ ਮੰਗ ਰੱਖੀ ਕਿ ਆਂਗਾ ਜਿਕਾ ਨੁਕਸਾਨ ਹੈ ਇੱਕ ਤਾਂ ਗੱਗਰਵਾ ਜਿੱਕੋ ਪਾਣੀ ਆਵੇ ਸਿੱਧੋ ਪਾਣੀ ਆਵੇ ਇਹਨਾਂ ਨੂੰ ਨੁਕਸਾਨ ਜ਼ਿਆਦਾ ਵਾਅਰ ਇੱਕ ਜਿੱਕੋ ਇਲਾਕੋ ਹੈ ਸੇਮ ਨਾਲਾ ਕਾਡਰ ਇੰਨੇ ਜਿੱਕੋ ਇਲਾਕੋ ਪਾਣੀ ਕੋ ਨਹੀਂ ਜਠਾ ਪਾਣੀ ਨਹੀਂ ਮਿਲਿਆ ਬਟਾ ਇੰਗੀ ਸਿੰਚਾਈ ਜਿਕਾ ਬਾੜ ਮੇ ਪਾਣੀ ਆਵੇ ਬੀ ਬਖਸ਼ ਜ਼ਰੂਰ ਹੋ ਸਕਾ ਪਾਣੀ ਕੋ ਲੈਵਲ ਵੀ ਵੱਧ ਜਾਏਗਾ और रेगिस्तान में की फसलें होने लग जाएगी ज्यादा प्लान बणयो भाई जी और थाने जानकारी जी की श्रोताओं माने मिली है जानकारी कामरेड जका है परिवार है बाहु जानकारी माने साझा करता तक बताई कि आ सेमणाला हरिराम के वक्त जद बे नेता अढया 20 वक्त इங்கோ प्लान बणे और 20 वक्त फिरा निकलेओ और थाने किसान भाइयों आ भी बताना चाहवा कि सेम नाले ना जे पानी क्ढन रो भी वक्त जो योजना बनाई गई वह योजना तकनीकी रूप और सलाह मशरो कर बनाई गई होगी लेकिन बाद में इंगो आगे प्लान को नहीं बने प्लान अगर इंगो बढ़ाता कोई इंको पानी संयोजन को काम करता जो ओटू अड्डा करे इं पलान कौन बने इं पलान बने तो सेम नाले में जो पानी पिछु आ लग रहे हो एक जगह इकट्ठा और कोई प्लान बनतो तो इंगो फायदा ज्यादा हो जानो और सेम नाले कई आदमी पीड़ित भी होया सेम भी आई और कई जाखड़ा वाली साइड बड़ोपल साइड आज सेम नाले के कारण मारे सेम आ गई है बातें उठे ਸਾਰੇ ਬਾਤਾਂ ਇਹ ਸੇਮ ਨਾਲੇ ਰੋ ਫਾਇਦਾ ਵੀ ਆ ਕਿਉਂਕਿ ਸ਼ਹਿਰ ਬਚਾਣਾ ਹੈ ਇਨੇ ਏਰੀਆ ਬਚਾਣਾ ਹੈ ਤਾਂ ਸੇਮ ਨਾਲੇ ਜਾਲਾ ਪਾਣੀ ਹੋਰ ਕੋਈ ਜਾਲਾ ਕੋ ਨਹੀਂ ਇੱਕ ਮਾਧਿਅਮ ਹੈ ਨਾਲੀ ਵਿੱਚ ਜਦ ਪਾਣੀ ਆਵੇ ਤਾਂ ਸੇਮ ਨਾਲੇ ਜੀ ਕੋ ਆ ਆਪણો ਅਠਾ ਜੀ ਕੋ ਖਤਰਾ ਹੋਵੇ ਬਿਨੇ ਟਾਲਣ ਖਾਤਰ ਆਈ ਸਿਰੇ ਚੜਾਵਾ ਉਹ ਸੇਮ ਨਾਲੇ ਬਚਾਵਾ ਹੈ ਹਨੂਮਾਨਗੜ੍ਹ ਸ਼ਹਿਰ ਦੀ ਬਾਤ ਕਰ ਲਿਆ ਜਾਂ ਪਿੱਛੇ ਟਿੱਬੀ ਮਸਾਣੀ ਇਨੇ ਕਮਰਾਣੀ ਪੀਰ ਕਾਮੜੀਆਂ ਸਾਰੇ ਖੇਤਰ ਵਿੱਚ ਜਿੱਕੀ ਬਾੜ ਰੋ ਪਾਣੀ ਇਨੋ ਆਵੇ ਬਾਨੇ ਬਚਾਣ ਖਾਤਰ ਆਇਤ ਰਿਕਵਾ ਹੈ ਕਿ ਫਿਰ ਸੇਮ ਨਾਲੇ ਪਾਣੀ ਗਲਦੇ ਹੋ ਖੁੱਲੋ ਚੱਲੇ ਹੋ ਹਾਲਾਂਕਿ ਦੇਖ ਰੇ ਇੱਕ ਤੋਂ ਪਤਾ ਨਹੀਂ ਕਰੀ ਕਿ ਨਹੀਂ ਕਰੀ ਸਿੰਚਾਈ ਵਾਗ ਜਾਣਾ ਹੈ ਔਰ ਜੀ ਕੀ ਬਾਤਾਂ ਸਾਹਮਣੇ ਆਈਏ 빙ੇ ਸਾਹੋਂ ਤਾਂ ਸੇਮ ਨਾਲ ਦੇਖਿਓ ਕੋ ਨਹੀਂ ਕਿਉਂਕਿ ਲੰਬੋ ਚੌੜੋ ਏਰੀਆ ਹੈ ਔਰ ਪਾਣੀ ਕਦਕਦ ਜਿਆਦਾ ਆਵੇ ਹਰ ਇੱਕ ਸਾਲ ਤੋਂ ਕੋ ਨਹੀਂ ਆਵੇ ਨਾਲੀ ਪਾਣੀ ਅਬਕੀ ਵਾਰ ਜਿਆਦਾ ਆਇਓ ਹੈ ਰੱਖ ਰਖਾਵ ਕਰਨੋ ਸਿੰਚਾਈ ਵਾਗ ਕੋ ਕਾਮ ਹੈ ਕਰਿਓ ਕਿ ਨਹੀਂ ਕਰਿਓ ਬੈ ਤਾਂ ਬੈ ਜਾਣਾ ਹੈ ਲੇਕਿਨ ਮਾਨੇ ਤੋਂ ਜੇ ਕੋ ਸਮਝ ਮੇ ਆਇਓ ਸੇਮ ਨਾਲੇ ਕੇ ਬਾਰੇ ਮੇ ਜੀ ਕੀ ਸੂਚਨਾ ਸ਼ਰੋਤਾਵਾਂ ਨੂੰ ਮਿਲੀ ਹੈ ਇਨੋਂ ਬਿਨੋਂ ਮੇ ਪਤੋ ਕਰੇ ਬਿੰਗੋ ਸੇਮ ਨਾਲੇ ਕੋ ਇਤਿਹਾਸਤ ਵਾਈ ਹੈ ਔਰ ਸੇਮ ਨਾਲੇ ਮੇ ਜੀ ਕੋ ਪਾਣੀ ਹੈ ਬਹੁਤ थाने ਬਤਾ ਦਿਓ ਪਾਣੀ ਜਿਆਦਾ ਆਊਗਾ ਤੋ ਇਵੇਂ ਹੀ ਗਲੇਗੋ ਸੇਮ ਨਾਲੇ ਮੇ ਗਲੇਗੋ ਤੋ ਹੀ ਸ਼ਹਿਰ ਬਚੇਗੋ ਪਲਾਨ ਆਈ ਪ੍ਰਸ਼ਾਸਨ ਬਣਾ ਰੱਖਿਓ ਕਿ ਸੇਮ ਨਾਲੇ ਮੇ ਜੀ ਕੋ ਪਾਣੀ ਵਛੋੜ ਦੇਗਾ 20000 ਕਿਊਸਕ ਤੱਕ ਇਵੇਂ ਡਾਲ ਦੇਗਾ ਕਿ ਰਸਤਾ ਨਹਿਰ ਮੇ ਡਾਲ ਦੇਗਾ ਇੰਦਰਾ ਗਾਂਧੀ ਨਹਿਰ ਮੇ ਔਰ ਕਿਨ ਜੀ ਕੋ ਜਿਤੋ ਹੀ ਹਨੁਮਾਨਗੜ ਜੰਕਸ਼ਨ ਸ਼ਹਿਰ ਕੀ ਤਰਫਾ ਨਾਲੀ ਬਣੀ ਹੋਈ ਬਿੰਗੇ ਮਾ 5000 ਉਪਰ ਜੇ ਕੋ ਆ ਜਾਲਸਕਾਏ ਬਿੱਤੋ ਪਾਣੀ ਕਰਦਿਆਂ ਜਿਤੋਂ ਪਾਣੀ ਪਿੱਛੋਂ ਆਵੇ ਕੋ ਪ੍ਰਸ਼ਾਸਨ ਆ ਇੰਨੀ ਤਰ੍ਹਾਂ ਪਲਾਨ ਬਣਾਇੜੋ ਹੈ ਔਰ ਪ੍ਰਸ਼ਾਸਨ ਨੂੰ ਸਹਿਯੋਗ ਆਪਾਂ ਕਰਨੇ ਹੀ ਕਰਨੇ ਕਰ ਲੱਗ ਰਿਹਾ ਬੇਮਾਰ ਬਾਰ ਅਪੀਲ ਵੀ ਕਰਨ ਲੱਗ ਰਿਹਾ प्रशासन को सहयोग करो जनता का सहयोग करो जनता ने समझाओ और राजनीति की बातें वक्त ना करो सब मिलजुल कर काम करो जे को दुख की घड़ी आईडी है ए परमात्मा आपे टाल देगा और लेकिन मान्य संयम बनाने धैर्य रखना है और एक दूसरे ऊँ प्रेम भाव कर इको संकट आयो इन्हें आगे काढ़ो है ਤੋ ਕਿਸਾਨ ਭਾਈਓ ਜਿੱਕੀ ਥਾਰੀ ਮੰਗ ਵੇ ਪੂਰੀ ਕਰਦੀ ਕਲਮਨੀ ਥਾਰੀ ਮੰਗ ਪੂਰੀ ਕਰੀ ਹੈ ਔਰ ਸੇਮ ਨਾਲੇ ਦੇ ਬਾਰੇ ਮੇ ਥਾਨੇ ਆ ਵੀਡੀਓ ਚੜਾਰ ਜਾਣਕਾਰੀ ਦੇਣ ਰੋ ਮੇ ਯਤਨ ਜ਼ਰੂਰ ਕਰਿਓ ਹੈ ਤੋ ਥਾਰੋਂ ਇੱਕ ਨਿਵੇਦਨ ਜ਼ਰੂਰ ਕਰਾ ਵੀਡੀਓ ਸਮਾਪਤ ਕਰਾ ਠਾਈ ਪਈ ਕਲਮ ਨਿਊਜ਼ ਨੇ ਇੱਥੇ ਜਿਆਦਾ-ਜਿਆਦਾ ਅੱਗੇ ਸ਼ੇਅਰ ਕਰਿਓ ਔਰ ਜੀ ਕਿ ਸੇਮ ਨਾਲ ਦੀ ਕਹਾਣੀ ਹੈ ਸੇਮ ਨਾਲ ਕਿ ਕਿਤੋਂ ਪਾਣੀ ਹੈ ਕਿਹਾਂ ਚੱਲ ਹੈ ਕਠਨ ਚੱਲ ਹੈ ਕਿੰਨੇ ਨ ਜਾਵਾ ਉਹ ਸਾਰਾ ਪੁੱਤੋ ਆਮ ਕਿਸਾਨ ਨੇ ਲਗਣੋ ਚੀ ਵਾਸਤੇ ਨੇ ਸ਼ੇਅਰ ਜ਼ਰੂਰ ਕਰਿਓ ਔਰ ਕਲਮ ਨਿਊਜ਼ ਕੋ ਜਿਹੜਾ ਚੈਨਲ ਹੈ ਬਿਨ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਰੇ ਕੰਨੇ ਸਿੱਧੋ ਵੀਡੀਓ ਬਿਨ ਰੁਕਾਵਟ ਕੇ ਸਿੱਧੇ ਪਹੁੰਚ ਸਕੇ ਤੋ ਦੇਵ ਜਾਜਤ ਗੁਰਦੇਵ ਸਿੰਘ ਸੈਣੀ ਰੋ ਸਗਲਾ ਨੇ ਗਣੋ-ਗਣੋ ਰਾਮ ਰਾਮ